ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਦੇ ਅੰਦਰ ਟਰਬਨ ਬਾਈ ਕਮਲ। ਮੈਂ ਤੁਹਾਡਾ ਕਮਲ ਤੇ ਅੱਜ ਦਾ ਨਵਾਂ ਐਪੀਸੋਡ ਲੈ ਕੇ ਮੈਂ ਤੁਹਾਡੇ ਅੱਗੇ ਆਇਆ ਤੇ ਅੱਜ ਦੇ ਐਪੀਸੋਡ 'ਚ ਮੈਂ ਤੁਹਾਨੂੰ ਦੱਸਾਂਗਾ ਕਿਸ ਤਰੀਕੇ ਨਾਲ ਤੁਸੀਂ ਬਣ ਸਕਦੇ ਹੋ ਪਰਨਾ ਦੁਮਾਲਾ। ਤੇ ਜਿਹੜਾ ਦੁਮਾਲਾ ਹੈਗਾ ਉਹ ਮੈਂ ਤੁਹਾਨੂੰ ਦੋ ਕਲਰ ਦਾ ਮਿਕਸ ਕਰਕੇ ਦੱਸਾਂਗਾ। ਇਹਦੇ ਅੰਦਰ ਕੀ ਹੈ, ਤੁਸੀਂ ਜਿੱਦਾਂ ਗੱਤਕਾ ਖੇਡਦੇ ਹੋ ਜਾਂ ਤੁਸੀਂ ਨਗਰ ਕੀਰਤਨ 'ਚ ਜਾਣਾ ਤਾਂ ਇਸ ਤਰੀਕੇ ਦਾ ਤੁਸੀਂ ਦੁਮਾਲਾ ਬਣ ਕੇ ਜਾ ਸਕਦੇ ਹੋ ਤੇ ਉਹ ਦੇਖਣ ਨੂੰ ਵੀ ਅੱਛਾ ਲੱਗਦਾ। ਡਬਲ ਕਲਰ ਦਾ ਦੁਮਾਲਾ ਹੋਏਗਾ ਤੇ ਉਹਦੇ ਅੰਦਰ ਤੁਹਾਨੂੰ ਸਿਰਫ ਕੀ ਚਾਹੀਦਾ ਹੈਗਾ, ਇੱਕ ਬਲੂ ਕਲਰ ਦਾ ਚਾਹੀਦਾ ਤੁਹਾਨੂੰ। ਬਲੂ ਕਲਰ ਦੇ ਦੁਮਾਲੇ ਦਾ ਕੀ ਸਾਈਜ਼ ਹੋਏਗਾ, ਇਹ 1 ਫਿੱਟ ਹੈਗਾ, 1 ਫਿੱਟ ਬਾਏ 3 ਮੀਟਰ, 1 ਫਿੱਟ ਬਾਏ 3 ਮੀਟਰ ਚਾਹੀਦਾ ਹੈਗਾ। ਔਰ ਜਿਹੜਾ ਦੂਜਾ ਕਲਰ ਚਾਹੀਦਾ, ਦੂਜਾ ਅਸੀਂ ਕਲਰ ਲਵਾਂਗੇ ਕੇਸਰੀ, ਸੇਮ ਇਹੀ ਸਾਈਜ਼ ਹੈਗਾ 1 ਬਾਏ 3। ਇਹ ਅਸੀਂ ਜਾਣ ਕੇ ਪਤਲਾ ਲੈ ਰਹੇ ਹਾਂ ਕਿਉਂਕਿ ਪਤਲਾ ਲੈਣ ਦਾ ਇਹਦਾ ਇਹ ਹੈਗਾ, ਦੇਖੋ ਇਸ ਤਰੀਕੇ ਨਾਲ ਤੈਅ ਵੀ ਲਾਉਣੀ ਹੈ ਇਹਦੀ। ਪਤਲਾ ਲੈਣ ਦਾ ਇਹ ਹੈਗਾ, ਇੱਕ ਤਾਂ ਉਹ ਬੰਨਣਾ ਬੜਾ ਆਸਾਨ ਹੁੰਦਾ, ਤੁਸੀਂ ਉਹਨੂੰ ਬੰਨਣ ਲੱਗੋਗੇ ਤਾਂ ਤੁਹਾਨੂੰ ਬੜਾ ਸੌਖਾ ਲੱਗੇਗਾ ਬੰਨਦੇ ਹੋਏ। ਹੋਰ ਦੂਜਾ ਤੁਸੀਂ ਜਿੱਦਾਂ ਕਹਿੰਦੇ ਨੇ ਕਿ ਸਾਈਜ਼ ਦੇ ਹਿਸਾਬ ਨਾਲ, ਫੇਸ ਦੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਇਹਦੀ ਲੈਂਥ ਵੀ ਵਧਾ ਸਕਦੇ ਹੋ। ਤੁਸੀਂ ਇਹਨੂੰ 3 ਮੀਟਰ ਦੀ ਜਗ੍ਹਾ 4 ਮੀਟਰ ਕਰ ਲਓ, 5 ਮੀਟਰ ਕਰ ਲਓ, 6 ਮੀਟਰ ਕਰ ਲਓ, ਲੇਕਿਨ ਡਬਲ ਕਲਰ 'ਚ ਹੀ ਕਰਿਓ ਕਿਉਂਕਿ ਡਬਲ ਕਲਰ 'ਚ ਬੰਨਣ ਨਾਲ ਤੁਹਾਨੂੰ ਇਹਦਾ ਰੋਹ ਪਤਾ ਚੱਲੂਗਾ ਕਿ ਕਿੰਨਾ ਅੱਛਾ ਲੱਗਦਾ ਹੈ ਦੇਖਣ ਨੂੰ। ਅਤੇ ਅੱਜ ਦਾ ਮੇਰਾ ਜਿਹੜਾ ਐਪੀਸੋਡ ਹੈਗਾ ਉਹ ਇਸ ਕਰਕੇ ਹੀ ਹੈਗਾ, ਜਿਹੜੇ ਵੀਰ ਗੱਤਕਾ ਖੇਡਦੇ ਆ, ਜਿਨ੍ਹਾਂ ਨੂੰ ਸ਼ੌਕ ਆ ਅਸੀਂ ਦੁਮਾਲਾ ਬੰਨੀਏ, ਆਸਾਨ ਤਰੀਕੇ ਨਾਲ ਕਿਸ ਤਰੀਕੇ ਨਾਲ ਅਸੀਂ ਦੁਮਾਲਾ ਬੰਨ ਸਕਦੇ ਹਾਂ ਅਤੇ ਤੁਸੀਂ ਇਸ ਵੀਡੀਓ ਦੇ ਅੰਦਰ ਦੇਖੋਗੇ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਤਾਂ ਇਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਹੋਰ ਵੀਰਾਂ ਤੱਕ ਵੀ ਪਹੁੰਚਾਇਆ ਕਰੋ, ਅਤੇ ਨਾਲੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਹੋਰ ਜੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਲੱਗਦਾ ਕੋਈ ਚੀਜ਼ ਤੁਹਾਨੂੰ ਪੁੱਛਣੀ ਹੋਏ ਜਾਂ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆ ਰਹੀ ਹੋਏ ਤਾਂ ਤੁਸੀਂ ਕਮੈਂਟ ਬਾਕਸ ਦੇ ਅੰਦਰ ਲਿਖ ਸਕਦੇ ਹੋ ਅਤੇ ਮੇਰੇ ਤੋਂ ਪੁੱਛ ਸਕਦੇ ਹੋ ਕਿ ਜੇ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਸ਼ੋਰਟ ਆਊਟ ਜਾਂ ਤੁਸੀਂ ਕੋਈ ਇਹਦਾ ਨਿਵਾਰਨ ਦੱਸੋ, ਕੋਈ ਹੱਲ ਦੱਸੋ ਅਤੇ ਮੈਂ ਜ਼ਰੂਰ ਦੱਸਾਂਗਾ। ਅਤੇ ਆਓ ਦੇਖਦੇ ਹਾਂ ਵੀਡੀਓ ਕਿਸ ਤਰੀਕੇ ਨਾਲ ਬਣਨਾ ਹੈਗਾ ਅਸੀਂ ਦੁਮਾਲਾ। ਹਾਂਜੀ, ਇਹਦੇ ਅੰਦਰ ਮੈਂ ਥੱਲੇ ਜਿਹੜਾ ਬੇਸ ਬੰਨਿਆ ਉਹ ਮੈਂ ਨੀਲਾ ਬੰਨਿਆ। ਬੇਸ ਨੀਲਾ ਬੰਨਣ ਦਾ ਕਾਰਨ ਇਹ ਹੈਗਾ ਕਿਉਂਕਿ ਜੇ ਜਦ ਅਸੀਂ ਦੁਮਾਲਾ ਬੰਨ ਰਹੇ ਹਾਂ ਅਤੇ ਉਹ ਦੁਮਾਲੇ ਨੂੰ ਬੰਨਣ ਵਾਸਤੇ ਜਿਹੜਾ ਮੈਂ ਉੱਪਰਲਾ ਪੋਰਸ਼ਨ ਹੈਗਾ, ਜਿਹੜਾ ਉੱਪਰਲਾ ਸਾਰਾ ਹੋਏਗਾ, ਇਹਨੂੰ ਮੈਂ ਉਹ ਜਿਹੜਾ ਮੈਂ ਸਟਾਰਟਿੰਗ ਕਰਾਂਗਾ ਉਹ ਮੈਂ ਇੱਧਰੋਂ ਦੀ ਕਰਾਂਗਾ ਅਤੇ ਨੀਲਾ ਜਿਹੜਾ ਹੈਗਾ ਸਾਡਾ ਇਹੀ ਵਾਲਾ ਕੰਮ ਆਏਗਾ, ਤੁਹਾਡਾ ਬੇਸ ਦਾ ਹੀ ਕਲਰ ਕੰਮ ਆਏਗਾ, ਸੇਮ ਕਲਰ ਦਾ ਹੈਗਾ। ਅਤੇ ਜਿਹੜਾ ਅਸੀਂ ਇਹ ਦੁਮਾਲਾ ਪੂਰਾ ਤਿਆਰ ਕਰਾਂਗੇ ਉਹਦੇ ਵਾਸਤੇ ਸਾਨੂੰ ਉੱਪਰ ਢੱਕਣ ਦੀ ਲੋੜ ਨਹੀਂ ਪੈਣੀ, ਉਹ ਸਿਰਫ ਤੁਹਾਨੂੰ ਦੇਖੋ ਹੁਣ ਮੈਂ ਢੱਕਿਆ ਹੋਇਆ, ਸਿਰਫ ਤੁਹਾਨੂੰ ਉਹ ਇੱਧਰਲੇ ਇਸ ਜਗ੍ਹਾ 'ਤੇ ਹੀ ਤੁਸੀਂ ਉਹ ਦੁਮਾਲੇ ਨੂੰ ਘੁਮਾਉਣਾ, ਹੋਰ ਕੋਈ ਲੋੜ ਨਹੀਂ ਹੈ ਤੁਹਾਨੂੰ ਉੱਪਰ ਉਹਨੂੰ ਢੱਕਣ ਦੀ, ਜਾਂ ਕਿਉਂਕਿ ਅਸੀਂ ਪਹਿਲੇ ਹੀ ਢੱਕ ਚੁੱਕੇ ਹਾਂ ਸਾਰਾ। ਇਹ ਦੇਖ ਲਓ ਇਹ ਬੇਸ ਦੇ ਅੰਦਰ ਮੈਂ ਢੱਕ ਚੁੱਕਿਆ, ਬੇਸ ਹੈਗਾ ਕੋਈ 1.5 ਮੀਟਰ ਦਾ ਬਣਦਾ, ਕੋਈ 1 ਮੀਟਰ ਦਾ ਬਣਦਾ, ਜਿੱਦਾਂ ਤੁਹਾਡੀ ਸਹੂਲੀਅਤ ਹੋਵੇ ਉਸ ਹਿਸਾਬ ਨਾਲ ਤੁਸੀਂ ਬੇਸ ਬਣ ਸਕਦੇ ਹੋ। ਅਤੇ ਮੈਂ ਜਿਹੜਾ ਬੇਸ ਬੰਨਿਆ ਹੈਗਾ ਮੇਰਾ 1.5 ਮੀਟਰ ਦਾ ਬੇਸ ਹੈਗਾ, ਤੁਸੀਂ ਜਿਸ ਵੀ ਹਿਸਾਬ ਨਾਲ ਤੁਸੀਂ ਚਾਹੋ ਉਹ ਬੇਸ ਬਣ ਸਕਦੇ ਹੋ। ਅਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਦੁਮਾਲਾ ਜਿੱਦਾਂ ਵੀ ਬਣਨਾ ਹੈਗਾ ਮੈਂ ਤੁਹਾਨੂੰ ਹੁਣੇ ਵੀਡੀਓ 'ਚ ਦਿਖਾ ਰਿਹਾ, ਅਤੇ ਤੁਸੀਂ ਉਸ ਤਰੀਕੇ ਨਾਲ ਕੋਸ਼ਿਸ਼ ਕਰਿਓ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸ਼ੇਅਰ ਕਰਨ ਨਾਲ ਇਹ ਹੁੰਦਾ ਜਿਹੜੇ ਵੀ ਸੋਚਦੇ ਆ ਕਿ ਸਾਡੇ ਤੋਂ ਪੱਗਾਂ ਨਹੀਂ ਬੰਨੀਆਂ ਜਾਂਦੀਆਂ ਜਾਂ ਸਾਡੇ ਤੋਂ ਦੁਮਾਲੇ ਨਹੀਂ ਬੰਨੇ ਜਾਣਗੇ ਜਾਂ ਅਸੀਂ ਦਸਤਾਰਾ ਨਹੀਂ ਬੰਨ ਸਕਦੇ, ਜਿਨ੍ਹਾਂ ਨੂੰ ਮੁਸ਼ਕਿਲ ਲੱਗਦਾ ਉਹ ਦੇਖਣ ਕਿ ਆਸਾਨ ਤੋਂ ਆਸਾਨ ਤਰੀਕਾ ਹੈਗਾ, ਥੋੜ੍ਹੀ ਜਿਹੀ ਪ੍ਰੈਕਟਿਸ ਕਰਨਗੇ ਤਾਂ ਉਹਨਾਂ ਨੂੰ ਬਹੁਤ ਹੀ ਆਸਾਨ ਲੱਗੇਗਾ ਬੰਨਣਾ। ਅਤੇ ਮੈਂ ਇਹੀ ਕੋਸ਼ਿਸ਼ ਕਰਦਾ ਕਿ ਮੇਰੇ ਵੀਰ ਮੇਰੀ ਵੀਡੀਓ ਦੇਖ ਕੇ ਜ਼ਿਆਦਾ ਤੋਂ ਜ਼ਿਆਦਾ ਦਸਤਾਰਾ ਸਜਾਉਣ। ਅਤੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਅੰਦਰ ਕਿਸ ਤਰੀਕੇ ਨਾਲ ਤੁਸੀਂ ਦੋ ਕਲਰ ਦੇ ਅੰਦਰ ਦੁਮਾਲਾ ਬੰਨਣਾ ਹੈ। ਮੈਂ ਇਹਦੇ ਅੰਦਰ ਕੇਸਰੀ ਮਿਕਸ ਕਰਨਾ ਹੈਗਾ ਅਤੇ ਕੇਸਰੀ ਦਾ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਆਪਣੀ ਤੈਅ ਹੈਗੀ ਇਹ ਵਾਲੀ ਚੀਜ਼ ਉੱਪਰ ਆਏਗੀ, ਇਹਨੂੰ ਉੱਪਰ ਰੱਖਣਾ ਹੈਗਾ, ਔਰ ਇਹ ਜਿਹੜੀ ਦੂਜੀ ਪਾਸੇ ਪਲੇਨ ਇਹਨੂੰ ਰੱਖਣਾ ਹੈਗਾ ਅਸੀਂ ਥੱਲੇ ਦੇ ਪਾਸੇ, ਠੀਕ ਆ। ਹੁਣ ਸਾਈਜ਼ ਦੇ ਹਿਸਾਬ ਨਾਲ ਪਹਿਲਾ ਲੜ ਔਰ ਇਹ ਦੂਜਾ, ਠੀਕ ਆ ਜੀ। ਸੇਮ ਸਾਈਜ਼ ਰੱਖਣਾ ਹੈਗਾ, ਇੱਧਰੋਂ ਵੀ ਉਨਾ ਹੀ ਗੈਪ,
इधरों भी इन्ना ही गैप, क्योंकि देखने च अच्छा लगना चाहिए। हुण की करना, जिहड़ा दूजा साडा परना हैगा नीला, क्योंकि मैं तुहानूं दस्सिया सी पहले मैं नीला बन्निया होया थले, यह जिहड़ा हैगा 3 मीटर बाय 1 फिट 12 इंच। हुण सेम उही साइज दा एक दूजा हैगा, उहनूं नाल दी नाल चलाना हैगा। ठीक है जी, हुण कैसे ही फिर दोबारा हुण की आ इनू असी गोलाई च लैके चलना, गोल करना, गोल इनू इस तरीके नाल नहीं करना कि क्योंकि यह दोनों साढ़े वी टाइप के हो गए, हुण गोल यह गोल आ गया, थोड़ा हाथ टाइट रखना हैगा, ठीक है जी। फिर ब्लू हूँ, फिर कैसे ठीक है जी। हूँ फिर ब्लू आएगा, हूँ थोड़ा जा नज़दीक लाकर चलना, क्योंकि जोड़ा स्पेस हूँ घट रह गई है। जिहड़ा पिछला हैगा इहनूं तुसीं पिछले पासे दबा सकदे हो, पिछले पासे दबाता मैं, हुण आ गया साडा केसरी दा, उपरों दी इहदा ਤੁਸੀਂ ਕਿਉਂਕਿ ਇਹ ਵਾਧੂ ਹੈਗਾ ਅਤੇ ਇਹਨੂੰ ਚਾਹੇ ਤਾਂ ਤੁਸੀਂ ਉੱਪਰ ਦਬਾ ਲਓ,
बस हुण थोड़ी जी जिहड़ी हैगी सैटिंग करन दी लोड़ है। ठीक है जी, जे थानू मेरी वीडियो अच्छी लगी है लाइक करो, शेयर करो, तो मेरे चैनल में सब्सक्राइब जरूर करो।